ਅੱਜ ਤੋਂ 200 ਸਾਲ ਪਹਿਲੇ ਲਖਨਊ ਦੀ ਜਾਮੀਆ ਮਸਜਿਦ ਵਿੱਚ ਇੱਕ ਆਲਿਮ ਬੈਠੇ ਜਿਹਦਾ ਨਾਂ ਹੈ ਹੁਸੈਨ ਇਬਨੇ ਅਲੀ। ਤੇ ਉਹ ਸਮਝ ਆਵੇ ਮੈਂ ਨਲਵੇਂ ਥੋੜ੍ਹੇ ਥੋੜ੍ਹੇ ਬੋਲੇ ਸੋ, ਮੈਂ ਇੱਕੋ ਜੁਮਲੀ ਪੜ੍ਹਨਾ ਸਿਰਫ ਰੂਹਾਨੀਅਤ ਇਮਾਨ ਕੋ ਤਾਜ਼ਾ ਕਰਨ ਦੀ ਖਾਤਰ। ਅੱਜ ਅਸਾਂ ਉਹ ਖੁਸ਼ਕਿਸਮਤ ਹੈ, ਅੱਜ ਜਿਹੜਾ ਸਾਡਾ ਸੈਕਟਰੀ ਹੈ ਇੱਕ ਤਸੱਯਦ ਹੈ ਅਤੇ ਦੂਜਾ ਹਕੀਮ ਹੈ ਅਤੇ ਹਿਕਮਤ ਨਾਲ ਸਾਰੇ ਜ਼ਾਕਰਾਂ ਕੋ ਪੜ੍ਹਦਾ ਤੇ ਢੇਰ ਸਾਰੇ ਜ਼ਾਕਰੀਨ ਹਨ। ਸਿਰਫ ਇੱਕ ਜੁਮਲਾ ਪੜ੍ਹਨਾ ਹੈ, ਇਹ ਆਲਿਮ ਦੀਨ ਚਾਚਾ ਮੁਹੰਮਦ ਖਾਨ ਬੈਠੇ ਸ਼ਗਿਰਦਾਂ ਦਾ ਹਜੂਮੇ ਤਾਰੀਖਾਂ ਦੀ ਏ ਅਚਾਨਕ ਈ ਮਸਜਿਦ ਵਿੱਚ ਇੱਕ ਈਸਾਈ ਦਾਖਿਲ ਹੋਇਆ। ਕਿਆ ਬਾਤ ਹੈ ਜਿਹਦੀ ਤਵੱਜੋ ਮੇਰੇ ਪਾਸੇ ਹੈ। ਉਹ ਸਲਾਮ ਕੀਤਾ, ਹੁਸੈਨ ਇਬਨੇ ਅਲੀ ਜਵਾਬ ਦਿੱਤਾ, ਉਹ ਆਖਿਆ ਮੁਸਲਮਾਨੋ ਤੁਸਾਂ ਆਦਿਓ ਮੁਹੰਮਦ ਮੁਸਤਫਾ ਅਫਜ਼ਲ ਏ, ਅਸਾਂ ਈਸਾਈ ਆਦੇ ਹੈ, ਈਸਾ ਇਬਨੇ ਮਰੀਮ ਅਫਜ਼ਲ ਏ, ਜੇ ਅੱਜ ਤੂੰ ਆਖੇ ਤਾਂ ਡੂਡੂ ਹੱਥ ਕਰੂੰ ਨੱਚਾ। ਕਿਆ ਬਾਤ ਹੈ ਬਈ, ਜੇ ਕੋਈ ਸਮਝ ਆਈ ਉਹ ਆਲਾ ਹੈ, ਜੇ ਕੋਈ ਸਮਝ ਨਹੀਂ ਆਈ ਮੈਂ ਉਹਦੇ ਤੇ ਰਾਜ਼ੀ ਹਾਂ, ਬੈਠੇ ਬਸ ਮੈਂ ਰਾਜ਼ੀ ਹਾਂ। ਉਹ ਆਖੇ ਡੂਡੂ ਹੱਥ ਕਰੇਂਦੇ ਹੈ ਚਾ, ਪਤਾ ਲੱਗ ਵੈ ਸੀ ਮਨਾਜ਼ਰਾ ਚ ਕਰੇਂਦੇ ਹੈ, ਪਤਾ ਲੱਗ ਵੈ ਸੀ ਜੋ ਮੁਹੰਮਦ ਅਫਜ਼ਲ ਏ ਜਾਂ ਈਸਾ ਇਬਨੇ ਮਰੀਮ ਅਫਜ਼ਲ ਹੈ। ਇਹ ਆਇਲੀ ਤਾਂ ਨਹੀਂ ਬੋਲੇ ਉਹ ਤਾਂ ਮੈਂ ਰਾਜ਼ੀ ਹਾਂ। ਬਾਬਾ ਉਲਫਾ ਸ਼ਾਹ ਭਾਈ ਸਮਰ ਅਬਾਸ, ਮੇਰੇ ਕੋ ਮਿੰਬਰ ਦੀ ਕਸਮ ਹੈ, ਉਹ ਆ ਕੇ ਪਹਿਲੇ ਮੇਰਾ ਸਵਾਲ ਹੈ ਸੈਯਦ, ਉਹਦਾ ਜਵਾਬ ਲੈ ਬਾਤ ਮਨਾਜ਼ਰਾ ਕਰੇਂਦੇ ਹੈ। ਹੁਸੈਨ ਇਬਨੇ ਅਲੀ ਦਾ ਸਵਾਲ ਕਰ, ਉਹ ਆਖੇ ਡੂ ਬੰਦਿਨ ਇੱਕ ਸੁੱਤਾ ਪੀਏ ਬੀਆ ਨਾਲ ਜਾਗਦਾ ਬੈਠੇ, ਤੀਜਾ ਰਾਹ ਭੁੱਲਾ ਵੱਧਦਾ ਹੈ, ਉਹ ਸੁੰਮਣ ਵਾਲੇ ਕੋਲ ਪੁੱਛੀ ਜਾਂ ਜਾਗਣ ਵਾਲੇ ਕੋਲ? ਸੁਭਾਨ ਅੱਲਾ। ਉਹ ਸਵਾਲ ਉਹ ਜਿਹੜਾ ਨੀਂਦਰ ਪੀਏ ਉਹਦੇ ਤੇ ਕਰੇ ਸੀ, ਰਾਹ ਉਹਦੇ ਕੋਲ ਪੁੱਛੀ ਜਾਂ ਜਾਗਣ ਵਾਲੇ ਕੋਲ? ਤੋ ਸੈਯਦ ਆਲਮ ਦੇਖਿਆ ਤਾਂ ਯਾਰ ਪੱਕੀ ਗੱਲ ਹੈ, ਸਵਾਲ ਤਾਂ ਜਾਗਣ ਵਾਲੇ ਕੋਲ ਕਰੇ ਸੀ। ਉਹ ਅੱਗੇ ਵੱਲ ਮਨਾਜ਼ਰੇ ਹੀ ਹਰ ਗਏ, ਉਹ ਅੱਗੇ ਕਿਉਂ ਅੱਗੇ ਮੁਹੰਮਦ ਤਾਂ ਸੁੱਤਾ ਪਏ। ਹਾਏ ਹਾਏ ਹਾਏ, ਕਿਆ ਬਾਤ ਹੈ, ਦੋਰੀ ਤਵੱਜੋ ਦੀ, ਮੁਹੰਮਦ ਮੁਸਤਫਾ ਤਾਂ ਸੁੱਤੇ ਪੈਣ, ਈਸਾ ਇਬਨੇ ਮਰੀਮ ਜਾਗਦਾ ਬੈਠੇ, ਆਮਣ ਆਲਾ ਸਵਾਲ ਈਸਾ ਤੇ ਕਰੇ ਸੀ, ਮੁਹੰਮਦ ਤਾਂ ਫਾਇਦਾ ਨਾ ਦਿੱਤਾ। ਜੇ ਮੁੱਲਾ ਅਲੀ ਨਾ ਜਾਗੇ ਤਾਂ ਮੈਂ ਕਿਆ ਕਰ ਸਕਦਾ, ਮੁਹੰਮਦ ਨੀਂਦਰੇ ਊ ਤਾਂ ਫਾਇਦਾ ਨਾ ਦਿੱਤਾ। ਹੁਸੈਨ ਮਹਿਦੀ ਦੇ ਕਿਆ ਦੇ, ਜਿੱਦਾਂ ਮੁਹੰਮਦ ਸੁੱਤਾ ਪੇ ਈਸਾ ਨਾਲ ਕਰੇਂਦਾ ਕਿਆ ਬੈਠਾ ਹੈ? ਜਿੱਦਾਂ ਨਬੀ ਸਾਡਾ ਸੁੱਤਾ ਪੇ ਤਾਂ ਇਹਦਾ ਨਬੀ ਕਰੇਂਦਾ ਕਿ ਬੈਠੇ? ਉਹ ਆਖੇ ਇਹ ਮਸਲਾ ਤਾਂ ਹੱਲ ਕੀਤਾ ਆਮਣ ਵਾਲੇ। ਉਹ ਆਖੇ ਕਿਵੇਂ? ਉਹ ਆਖੇ ਆਮਣ ਵਾਲੇ ਈਸਾ ਕੋਲ ਪੁੱਛੇ ਕੌਣ ਹੈ? ਉਹ ਆਖੇ ਨਬੀ ਆ ਕਿ ਨਾ? ਉਹ ਆਖੇ ਈਸਾ। ਉਹ ਆਖੇ ਇਹ ਕੌਣ ਨੇ? ਉਹ ਆਖੇ ਆਖਰੀ ਨਬੀ ਹੈ। ਉਹ ਆਖੇ ਸਵਾਲ ਕਰਨਾ ਹੈ ਤੇਰੇ ਤੇ ਕਰਾਂ ਜਾਂ ਇਹਦੇ ਤੇ? ਉਹ ਆਖੇ ਤਾਂ ਨਿੰਦਰੇ ਮੇਰੇ ਤੇ ਸਵਾਲ ਕਰ। ਉਹ ਆਖੇ ਅੱਛਾ ਜੇ ਤੇਰੇ ਤੇ ਸਵਾਲ ਕਰਨਾ ਤਾਂ ਮੈਂ ਕੋ ਦੱਸ ਸਕਦਾ ਹੈ ਸੱਤਵੇਂ ਆਸਮਾਨ ਤੇ ਰਾਹ ਕਿਹੜਾ ਵੈਂਦਾ ਹੈ? ਆਏ ਹਾਏ ਹਾਏ, ਹੈਦਰੀ ਸੱਤਵੇਂ ਆਸਮਾਨ ਤੇ ਰਾਹ ਕਿਹੜਾ ਵੈਂਦਾ ਹੈ? ਈਸਾ ਚੁੱਪ ਕਰ ਗਏ। ਉਹ ਆਖੇ ਹੁਣੇ ਤਾਂ ਕਈ ਕਰ ਸਵਾਲ, ਮੈਂ ਸਵਾਲ ਕੀਤਾ ਹੁਣ ਚੁੱਪ ਕਿਉਂ ਹੈ? ਦੇ ਕਿਆ ਦੇ ਯਾਰ ਮੈਂ ਕੋ ਸੱਤਵੇਂ ਦੇ ਰਾਹ ਦਾ ਪਤਾ ਹੁੰਦਾ, ਮੈਂ ਮੁਹੰਮਦ ਦੇ ਜਾਗਣ ਦਾ ਇੰਤਜ਼ਾਰ ਬੈਠਾ ਕਰੇਂਦਾ ਹਾਂ। ਐਸਾ ਨਬੀ ਅੱਲਾ ਨੇ ਤੇ ਕੁਤਾ ਕੀਤੇ, ਨਬੀ ਬੈਠੇ ਹਨ ਮਸਜਿਦ ਵਿੱਚ ਤੇ 27 ਯਹੂਦੀ ਇਕੱਠੇ ਆ ਗਏ। ਉਹਨਾਂ ਕਹੇ ਸਈ ਈਸਾ ਅੱਲਾ ਦਾ ਪੁੱਤਰ ਹੈ। ਨਬੀ ਮੁਸਕਰਾਉਣ ਲੱਗਿਆ ਕਿ ਹਯਾ ਕਰੋ, ਅੱਲਾ ਦਾ ਬੰਦਾ ਹੈ। ਉਹਨਾਂ ਕਹੇ ਨਾ ਸਈ, ਨਾ ਈਸਾ ਅੱਲਾ ਦਾ ਪੁੱਤਰ ਹੈ। ਸਰਕਾਰ ਆਖਾ ਦਲੀਲ ਮੁਖੇ ਚੌਂਕੇ ਬਗੈਰ ਪਿਉ ਦੇ ਆਏ। ਸਰਕਾਰ ਫਰਮਾਇਦਾ ਮਤਲਬ ਹੈ ਜਿਹੜਾ ਬਗੈਰ ਪਿਉ ਦੇ ਆਵੇ ਉਹ ਅੱਲਾ ਦਾ ਪੁੱਤਰ ਹੁੰਦਾ ਹੈ।
ਉਹਨਾਂ ਕਿਸੇ ਈਸਾ ਅੱਲਾਹ ਦਾ ਪੁੱਤਰ ਹੈ। ਫਰਮਾਇਆ ਬਤ ਹਿਕ ਬੀ ਹੈ ਉਹ ਕੋਈ ਨਾਲ ਰਲਾਓ। ਉਹਨਾਂ ਕਿ ਬੀਆ ਕੌਣ? ਫਰਮਾਇਆ ਆਦਮ, ਜਿਹਦਾ ਨਾ ਅੱਬਾ ਹੈ ਤੇ ਨਾ ਅੰਮਾ ਹੈ। ਬੋਲੋ ਯਾਰ ਮੇਰੇ ਨਾਲ, ਮੈਂ ਮੁਕਈ ਖਾਣਾ ਮਜਲਿਸ। ਜਿਹਦਾ ਨਾ ਅੱਬਾ ਨਾ ਅੰਮਾ, ਉਹਨਾਂ ਕਿ ਨਾ ਸਹੀ ਨਾ ਈਸਾ ਅੱਲਾਹ ਦਾ ਪੁੱਤਰ ਹੈ। ਖਤਮ ਹੋ ਗਈ ਮੇਰੀ ਬਾਤ। ਸਰਕਾਰ ਫਰਮਾਇਦਨ ਜੇ ਈਸਾ ਅੱਲਾਹ ਦਾ ਪੁੱਤਰ ਹੈ, ਜਿਹੜਾ ਈਸਾ ਦਾ ਵਕਤ ਵਿਲਾਦਤ ਕਰੀਬ ਹੈ, ਕੋਈ ਆਵਾਜ਼ ਆਈ ਹੈ। ਉਹਨਾਂ ਕਿਸੇ ਗੈਬ ਵਿੱਚ ਆਵਾਜ਼ ਆਈ, ਮਰੀਅਮ ਮੇਰਾ ਘਰ ਛੋੜ, ਇਹ ਇਬਾਦਤ ਗਾਹ ਹੈ, ਵਿਲਾਦਤ ਗਾਹ ਨਹੀਂ। ਨਬੀ ਮੁਸਕਰਾ ਕੇ ਆਖਦੇ ਹਨ ਜੇ ਈਸਾ ਅੱਲਾਹ ਦਾ ਪੁੱਤਰ ਹੁੰਦਾ, ਅੱਲਾਹ ਦੀ ਮਾਂ ਕੋ ਘਰੋਂ ਭਜਾ ਛੋੜੇ ਹਾਂ। ਬੋਲ ਜੇ ਕੋ ਬੋਲਣ ਦਾ ਡਾਂ ਦੇ, ਉਹ ਆਖੇ ਨਾ ਸਹੀ ਨਾ ਈਸਾ ਅੱਲਾਹ ਦਾ ਪੁੱਤਰ ਹੈ। ਜਿਹੜਾ ਬੰਦਾ ਤੇ ਮੈਂ ਸਾਰੀ ਜ਼ਿੰਦਗੀ ਨਾ ਬੋਲਾਂ, ਮੇਰੇ ਪਾਸ ਰੇਖ। ਮੌਲਾ ਫਰਮਾਇੰਦਨ ਆਇਨਾ ਅਲੀ, ਮੇਰਾ ਭਰਾ ਅਲੀ ਕਿਤੇ ਉਹ ਆਖਰੀ ਚੁੰਡੀ ਚ ਅਲੀ ਉੱਠੇ ਤੇ ਮੈਂ ਕਦਮੇ ਹੱਥ ਆਣ ਕੇ ਲੈਸਤੇ ਤੇ ਮੌਲਾ ਮੈਂ ਇੱਥਾਂ। ਮੌਲਾ ਮੁਸਕਰਾ ਕੇ ਦਿਨੋ ਯਹੂਦੀਓ ਇੰਦੋ ਦੇਖੋ, ਸਾਰਾ ਡਿੱਠੇ ਹੋ ਕੇ ਸਹੀ ਦੇਖਦੇ ਪਏ। ਫਰਮਾਇਆ ਹੀ ਨਾ ਬੋਲੇ ਦਾ ਫੀ ਜੋ ਫਿਲ ਕਾਬਾ, ਇਹ ਅਲੀ ਕਾਬਾ ਦੇ ਐਨ ਸੈਂਟਰ ਨਾਜ਼ਿਲ ਥੇ। ਓਏ ਨਾ ਮੁਰਾਦ ਹੋ, ਜਿਹੜਾ ਅੱਲਾਹ ਦੇ ਘਰ ਆਵਣ ਵਾਲਾ ਅੱਲਾਹ ਦਾ ਪੁੱਤਰ ਨਹੀਂ ਈਸਾ ਅੱਲਾਹ ਦਾ ਪੁੱਤਰ ਕਿਵੇਂ ਹੋ ਸਕਦਾ? ਈਸਾ ਅੱਲਾਹ ਦਾ ਪੁੱਤਰ ਕਿਵੇਂ ਹੋ ਸਕਦਾ? ਅਗਰ ਜ਼ਮਾਨਾ ਸੁਝਾਉਣ ਬੰਨੇ ਹਾ ਛਤਰੀ ਸਹਿਰ ਚ ਕਰੇ ਨਾ ਆਖਿਆ ਚਾਦਰ ਲਿਓ ਮੈਂ ਅਲੀ ਦੀਦੀ ਹਾਂ। ਮਰਹਬਾ ਮਰਹਬਾ ਜੀ, ਮੈਂ ਨਾ ਕਰਾਂ ਸਹੀ, ਮੈਂ ਨਾ ਕਰਾਂ। ਹਰ ਮਜਲਿਸ ਦੀ ਤਕਮੀਲ ਨੂੰ ਹਲੇ ਥੀਂਦੀ ਏ, ਜਿਵੇਂ ਵੇਲੇ ਮਜ਼ਲੂਮਾਂ ਦਾ ਜ਼ਿਕਰ ਹੋਵੇ। ਭਾਈ ਰਿਆਜ਼ ਹੁਣ ਪੜ੍ਹਦੇ ਪਏ ਹਨ ਨਾ ਮਾਸੂਮਾਂ ਦੀ ਸ਼ਹਾਦਤ। ਇਹ ਬੀਬੀ ਦੀ ਸ਼ਹਾਦਤ ਕੀਤੇ ਹੋ ਇੱਕੋ ਜੁਮਲੇ ਹੀ ਕਾਫੀ ਏ, ਜਿਹਦਾ ਪੋਤਰ ਅੱਜ ਪਰਦੇ ਗੈਬਤ ਚ ਰਤ ਰੋ ਕੇ ਬੈਠਾ ਦੇ, ਅਸਲਾਮ ਵਾਲਾ ਦਿਮਾ ਇਸ਼ਾਇਰਾਤ ਮੈਡਮ ਖੂਨ ਤੇ ਸਲਾਮ ਹੋਵੇ, ਜਿਹੜਾ ਮਰਦੇ ਦਮ ਤੇ ਰੁਕਾ ਨਹੀਂ। ਸ਼ਾਬਾ ਜਿਹਦਾ ਪੁੱਛਾ ਕੇ 92 ਕੁਲ ਮੌਲਾ ਕਹਿੰਦਾ ਖੂਨ ਏ, ਮੂੰਹ ਤੇ ਮਾਤਮ ਕਰਕੇ ਆਦਨ ਹੁਸੈਨ ਦੀ 4 ਸਾਲ ਦੀ ਧੀ ਦੇ ਕੰਨਾਂ ਦਾ ਖੂਨ ਏ। ਮਰਹਬਾ ਮਰਹਬਾ, ਮੈਂ ਨੌਕਰ ਹੁਸੈਨ ਜੀ, ਮੈਂ ਲੱਖ ਦਫਾ ਖਾਂ, ਮੈਂ ਨੌਕਰ ਹਾਂ। ਬਤੂਲ ਦੀ ਧੀ ਦੇ ਕੰਨਾਂ ਦਾ ਖੂਨ ਏ। ਅਜ਼ਾਦਾਰੋ ਅਨੋਖੀ ਕਿਸਮਤ ਆਈ, ਸੈਨ ਰਬਾਬ ਦੀ ਹੀ ਜੋੜੀ ਦੀ, ਪੁੱਤਰ ਕਰਬਲਾ ਕੰਮ ਆ ਗਿਆ। ਦੀ ਸ਼ਾਮ ਦੇ ਜ਼ਿੰਦਾਨ ਚ ਬਾਬਾ ਬਾਬਾ ਕਰਕੇ ਟੁਰ ਗਈ। ਇੱਕ ਜੁਮਲਾ ਮੈਂ ਪੜ੍ਹਨਾ, ਮੈਂ ਇਹ ਸ਼ਹਿਜ਼ਾਦੇ ਦਾ ਜੁਮਲਾ ਪੜ੍ਹਨਾ ਚਾਹੁੰਦਾ, ਜਿਹਦੇ ਬਾਰੇ 12ਵਾਂ ਰਤ ਰੋ ਕੇ ਪਿਆ ਫਰਮਾਇੰਦੇ, ਮੇਰਾ ਸਲਾਮ ਮਜ਼ਲੂਮ ਤੇ, ਜਿਹੜਾ ਇੱਕ ਕੰਨ ਤੋਂ ਦੂਜੇ ਕੰਨ ਤਾਈਂ ਜ਼ਿਬਾ ਹੋ। ਸਦਕੇ ਸਦਕੇ, ਮੈਂ ਨੌਕਰ ਸਹੀ, ਮੈਂ 1000 ਦਫਾ ਕਾਂ। ਸੈਦਾਂ ਦਾ ਲੁੱਟਾ ਹੋਇਆ ਕਾਫਲਾ ਜਿਹੜਾ ਦੀਰ ਰਾਹਿਬ ਤੇ ਪਹੁੰਚਿਆ ਨਾ, ਇੱਥੇ ਹੀ ਮੈਂ ਮਜਲਿਸ ਮੁਕੈਂਦਾ ਪਈ ਹਾਂ। ਅਜ਼ਾਦਾਰੋ 27 ਜਾਂ 28 ਈਸਾਈ ਬਹਿਰੈਨ, ਇਹਨਾਂ ਈਸਾਈਆਂ ਦੇ ਵਿੱਚ ਇੱਕ ਸਾਰਾ ਤੋਂ ਵੱਡਾ ਪਾਦਰੀ ਆ, ਇਹ ਸਾਹਮਣੇ ਆਖੜੇ, ਇਹ ਮੈਂ ਹੀ ਇੱਕ ਸਰ ਡਹਿਦਾ ਏ। ਅਚਾਨਕ ਜੋ ਇਹਦੀ ਸਦੀਦ ਪਈ ਏ ਨਾ, ਇੱਕ 6 ਮਹੀਨਾ ਦਾ ਸ਼ਹਿਜ਼ਾਦਾ ਏ, ਜਿਹੜਾ ਨੋ ਕੇ ਸਿਨਾ ਤੇ ਏ, ਜੇ ਰੋਵੇਂ ਤਾਂ ਜੁਮਲਾ ਆਖਾਂ, ਸਿਪਾਹੀ ਦਾ ਮੋਢਾ ਹਲਾ ਗਿਆ ਤੇ ਜ਼ਾਲੇ ਮਹਿਕੂ ਤਾਂ ਆਖਾਵੇ ਜੰਗ, ਇਹ ਤਾਂ ਜੰਗ ਨਹੀਂ, ਇਹ ਤਾਂ ਜ਼ੁਲਮ ਏ। ਕਿਹੜਾ ਜੁਰਮ ਈ ਬਾਲ ਦਾ? ਸਿਪਾਹੀ ਦੇ ਕਿਆ ਦੇ, ਜਿਹੜੀ ਜੰਗ ਈ ਬਾਲ ਕੀਤੀ ਉਹ ਕੀਤੀ ਕਹਿ ਨਹੀਂ, ਤੇਰੀ ਮਰਜ਼ੀ ਏ ਤੂੰ ਜਿਵੇਂ ਸੁਣ। ਮੈਂ ਕੋ ਮਿੰਬਰ ਦੀ ਕਸਮ ਏ, ਰਹਿਬ ਸਾਹਮਣੇ ਆ ਕੇ ਹੱਥ ਬਨ ਕੇ ਦੇ, ਸ਼ਹੀਦ ਜ਼ਿੰਦਾ ਹੋਂਦੇ ਨੇ, ਮੈਂ ਕੋ ਰੱਬ ਦੇ ਨਾਂ ਤੇ ਦੱਸ ਮਨ ਅੰਤਾ ਤੂੰ ਕੌਣ ਏ? ਹੌਲੇ ਹੌਲੇ ਆਵਾਜ਼ ਆਈਏ, ਚਾਚਾ ਨਾ ਸੈਯਦੁਨ ਮੈਂ ਸੈਯਦਾਂ। ਸ਼ਾਬਾਸ਼ ਸ਼ਾਬਾਸ਼ ਸਾਰੇ ਰਹੋ ਤੋ ਜੁਮਲਾ ਆਖਾਂ। ਇਹ ਅਗਲਾ ਸਵਾਲ ਕੀਤੇ, ਮਸਮੁਖ ਤੇਰਾ ਨਾਂ ਕੌਣ ਏ? ਹੌਲੇ ਹੌਲੇ ਆਵਾਜ਼ ਆਈ, ਇਸਮੀ ਅਲੀ ਉਨਿਲ ਅਸਗਰ, ਮੇਰਾ ਨਾਂ ਅਲੀ ਅਸਗਰ। ਇਹ ਸਵਾਲ ਵਧਾਏ, ਮਸਮੋ ਅਬੀਕ, ਰੱਬ ਦੇ ਨਾਂ ਤੇ ਦੱਸ ਤੇਰੇ ਬਾਬੇ ਦਾ ਕਿਆ ਨਾਂ ਏ?
ਹੌਲੇ ਹੌਲੇ ਆਵਾਜ਼ ਆਈ, ਇਸਮੁ ਹੁਸੈਨ ਇਬਨ ਫਾਤਿਮਾ। ਜਿਹੜਾ ਬੀਬੀ ਦਾ ਨਾਂ ਹੈ ਮਿੱਟੀ ਤੇ ਜੜ ਗਿਆ ਤੇ ਉਜੜ ਗਏ, ਭਾਵੇਂ ਤਾਂ ਉਹ ਬਤੂਲ ਜਿਹੜੀ ਮੁਬਾਲਿਆ ਲੜੀ ਹੁਸੈਨ ਚਾਹੀ ਵਧੀ ਆਈ। ਤੇਰੀ ਮਰਜ਼ੀ ਹੈ ਯਾਰ, ਤੂੰ ਜਿਵੇਂ ਸੁਣ, ਮੈਂ ਤਾਰੀਖ ਦੇ ਵਰਕੇ ਖੜਾ ਪੜਦਾ। ਜੀ ਬਾਬਾ ਮੈਂ ਨੌਕਰਾਂ ਉਹ ਹੁਸੈਨ ਜੇ ਕੋ ਬਤੂਲ ਮੁਬਾਲਿਆ ਲੜੀ ਹੱਥਾਂ ਤੇ ਚਾਹੀ ਵਧੀ ਆਈ। ਸਹੀ ਅਦਾ ਦਾ ਮੈਂ ਉਹਦਾ ਪੁੱਤਰ ਹਾਂ। ਇਹ ਅਗਲਾ ਜੁਮਲਾ ਆਖੇ ਪਿਆ, ਆਈਏ ਜੁਰਮ ਇਨ ਕੋਤੇ ਲਾ, ਮੈਂ ਕੋ ਰੱਬ ਦੇ ਨਾਂ ਤੇ ਦੱਸ ਕਿਹੜੇ ਜੁਰਮ ਚ ਕਤਲ ਥੀ ਹੈ। ਹੁਣ ਇੱਥਾਂ ਸੈਯਦ ਚੁੱਪ ਕਰ ਗਏ, ਤਾਰੀਖ ਆਦੀ 4 ਸਾਲ ਦੀ ਸੈਯਦਾਦੀ ਸਾਹਮਣੇ ਆ ਖੜੀਏ, ਹਕਲ ਮਾਰ ਕੇ ਆਦੀ ਰਹਿਬ ਤੇ ਕੋਈ ਦਾ ਜੁਰਮ ਮੈਂ ਦੱਸੈ ਨਾ। ਉਹ ਵੇਲੇ ਰਹਿਬ ਮੂੰਹ ਤੇ ਮਾਤਮ ਕਰਕੇ ਦੇ ਉਹਦਾ ਬਾਤ ਪੁੱਛਾ, ਤੂੰ ਦੱਸਾ ਤੇਰੇ ਰੁਖਸਾਰ ਜ਼ਖਮੀ ਕਿ ਹੋਏ। ਲੋਹੇ ਦਾ ਜਿਗਰ ਯਾਰ ਤੇਰਾ, ਦੇ ਕੇ ਆਦੀ ਉਹ ਫਿਰਾਏ ਮੈਂ ਭੇਣਾ, ਉਹਦਾ ਜੁਰਮ ਹੈ ਉਹ ਪਾਣੀ ਮੰਗਾਏ, ਮੈਡਾ ਜੁਰਮ ਹੈ ਮੈਂ ਪਿਓ ਦੀ ਲਾਸ਼ ਕੋ ਹੱਥ ਲਾਇਆ। ਸਦਕੇ ਸਦਕੇ ਮੈਂ ਕੁਰਬਾਨ ਥੀ ਪਵਾਂ, ਮੈਂ ਸਦਕ ਥੀ ਪਵਾਂ ਬਈ ਜਾਨ, ਮੈਂ ਕੋ ਮਿੰਬਰ ਦੀ ਕਸਮ ਹੈ, 10 ਮੁਹਰਮ 1 ਹਿਜਰੀ ਦੀਗਰ ਦਵੇਲਾ ਪੁੱਤਰ ਕੁਹਾਨ ਦੇ ਨਾਲ ਲਾ ਕੇ ਅਕਬਰ ਦਾ ਗਰੀਬ ਬਾਬਾ ਆ ਖੜੇ ਕਰਬਲਾ ਦੇ ਮੈਦਾਨ ਵਿੱਚ। ਮਜ਼ਲੂਮ ਦੀ ਆਵਾਜ਼ ਆਉਂਦੀ, ਜ਼ਾਲਮੋ ਜੰਗ ਹੀ ਤੁਹਾਡੀ ਤੇ ਮੇਡੀ, ਮਿੰਨਤ ਲਓ ਇੱਕ ਘੁੱਟ ਪਾਣੀ ਦਾ ਦਿਓ। ਆਜ਼ਾਦਾ ਰੋਏ ਜ਼ਾਲਿਮ ਦਿਨ ਮੰਗਦਾ ਆਪੇ ਨਾ ਬਾਲਦਾ ਕਰੇ ਨੇ। ਗਰੀਬ ਦੀ ਆਵਾਜ਼ ਆਉਂਦੀ, ਜੇ ਮੇਰਾ ਪੁੱਤਰ ਮੰਗੇ ਅਦਨ ਹੁਸੈਨ ਵਾਅਦਾ ਕਰੇ ਨੇ ਐਸਾ ਪਾਣੀ ਦੇਸੋ ਵੱਲ ਕਿਆਮਤ ਤਾਈਂ ਕੋਈ ਬਾਲ ਪਾਣੀ ਦਾ ਨਾ ਬਚੇ ਸੀ। ਯਾਰ ਤੇ ਲੋਏ ਦਾ ਜੀ ਕਰੇ, ਇਮਾਮ ਦੀ ਆਵਾਜ਼ ਆਉਂਦੀ, ਮੇਰਾ ਲਾਲ ਮੰਗ ਨਾਨੇ ਦੀ ਉਮਤ ਤੋਂ ਪਾਣੀ। ਬਾਬਾ ਉਲਫਾ ਸ਼ਾਹ ਬਈ ਸਮਰ ਮੈਂ ਕੋ ਮਿੰਬਰ ਦੀ ਕਸਮ ਹੈ, ਜ਼ਫਰ ਬਈ ਮੈਂ ਪਿਓ ਦੇ ਹੱਥਾਂ ਤੇ ਉੱਠ ਬੈਠੇ। ਪਹਿਲਾ ਜੁਮਲਾ ਕਿਸ ਲੋਗੋ, ਅੰਨਾ ਅਤਸ਼ਾਨੁਨ ਈਤ ਬਿਲ ਮਾ, ਮਿੰਨਤ ਲਓ ਮੈਂ ਕੋ ਇੱਕ ਘੁੱਟ ਪਾਣੀ ਦਾ ਦਿਓ। ਅਹਿਲੇ ਸੁਨਨਤ ਦਾ ਪਹਾੜ ਤੋਂ ਵੱਡਾ ਆਲਮ ਹੈ ਤਫਸੀਰ ਇਬਨ ਕਸੀਰ ਅਲਾ, ਅਦੇ ਬੱਚੇ ਕੋ ਐਸੇ ਜ਼ਖਮੀ ਲਹਿਜੇ ਚ ਪਾਣੀ ਮੰਗੇ। ਆ ਵਕਤ ਕੁੱਲਾ ਅਦੂਵਿਨ ਵਸਿਦੀਕਿਨ, ਸਜਣੀ ਰੁਨਨ ਦੁਸ਼ਮਣੀ ਰੁਨਨ, ਅਦਨ ਹਯਾ ਕਰੋ ਇੱਕ ਘੁੱਟ ਪਾਣੀ ਦਾ ਦਿਓ। ਚਾ ਸ਼ਾਬਾਸ਼ ਸ਼ਾਬਾਸ਼, ਮੈਂ ਔਖੇ ਜੁਮਲਾ ਤੇ ਆ ਗਿਆ, ਇਨਸ਼ਾਅੱਲਾ ਮੈਂ ਸਮਝਾ ਗਿਨਾ। ਮੈਂ ਕੋ ਮਿੰਬਰ ਦੀ ਕਸਮ ਹੈ, ਜਨਾ ਫੌਜ ਬਾਗੀ ਥੀਵਣ ਲੱਗੀ ਹੈ ਨਾ, ਉਮਰ ਇਬਨ ਸਾਦ ਹਕਲ ਮਾਰੀ ਹੁਰ ਮਿਲ ਇਖਤਾ ਕਲਾਮ ਰਜ਼ੀ, ਜਲਦੀ ਕਰ ਬਾਲ ਦਾ ਕਲਾਮ ਕਤਾ ਕਰ, ਇਹ ਕੋਈ ਸੈਯਦ ਬੈਠੇ ਹੋ ਤਾਂ ਮੈਨੂੰ ਮਾਫ ਕਰਿਆ। ਇਹ ਬਗੈਰਤ ਉਹ ਤੀਰ ਚਾਹੇ ਜਿਹੜਾ ਹੈਵਾਨਾਂ ਤੇ ਇਸਤੇਮਾਲ ਹੁੰਦਾ ਹੈ। ਸ਼ਾਬਾਸ਼ ਸ਼ਾਬਾਸ਼, ਰੋਣ ਵਾਲਾ ਅਰਬ ਵਿੱਚ 6 ਤੀਰ ਇਸਤੇਮਾਲ ਹੁੰਦੇ ਹਨ। ਪਹਿਲੇ ਪਹਿਲੇ ਤੀਰ ਦਾ ਨਾਂ ਹੈ ਨਪਲ, ਤੇ ਜ਼ੈਤੂਨ ਦੀ ਲੱਕੜ ਦਾ ਬਣਾ ਹੋਇਆ ਹੁੰਦਾ ਹੈ। ਆਜ਼ਾਦਾਰ ਏਡਾ ਨਰਮ ਤੀਰ ਹੁੰਦਾ ਹੈ ਕਿ ਲੱਗ ਤਾਂ ਮਹਿੰਦਾ ਹੈ ਲੇਕਿਨ ਟੁੱਟਦਾ ਨਹੀਂ। ਦੂਜੇ ਤੀਰ ਦਾ ਨਾਂ ਹੈ ਬੋਜ਼ਲ, ਇਹਦੇ ਉੱਪਰ ਲੱਗੇ ਹੋਏ ਹੁੰਦੇ ਹਨ, ਇਹ ਹੈਵਾਨਾਂ ਤੇ ਇਸਤੇਮਾਲ ਥੀਂਦਾ ਹਾ। ਤ੍ਰੀਜਾ ਤੀਰ ਹੈ ਅਲ ਮੀਜ਼ਾਬ, ਆਜ਼ਾਦਾਰ ਏਡਾ ਜ਼ਾਲਿਮ ਤੀਰ ਹੈ ਲੋਹੇ ਦੀ ਜ਼ਿਰਹਾ ਪਾੜ ਕੇ ਪਸਲੀਆਂ ਚ ਵੰਜ ਲੱਗਦਾ ਹਾ। ਰੋਵੇਂ ਤਾਂ ਜੁਮਲਾ ਖਾਈ ਹਰਾਮੀ ਤੀਰ ਮਾਰੇ, ਤੀਰ ਹੁਸੈਨ ਕੋ ਪਹਿਲੂ ਵਿੱਚ ਲੱਗੇ। ਮੁਹੰਮਦੀਨੇ ਤੋਂ ਕਰ ਗਿਆ ਤਾ ਅੰਮਾ ਤੇਡੇ ਪਾਸਾ ਜ਼ਖਮੀ ਆ, ਧੀਆਂ ਪੱਟੀਆਂ ਬਧੀਆਂ ਹਾਨੀ, ਮੈਡਾ ਜ਼ਖਮੀ ਦੇਖ, ਮੈਡੀ 4 ਸਾਲ ਦੀ ਧੀ ਦੀ ਮਜਬੂਰੀ ਦੇਖ। ਮਰਹਬਾ ਮਰਹਬਾ, ਮੌਲਾ ਤੇਰੇ ਆਂਸੂ ਕਬੂਲ ਕਰੇ। ਅਗਲਾ ਤੀਰ ਮੁਅਜਲਾ, ਇਹਦੀ ਨੋਕ ਤੇ ਜ਼ਹਿਰ ਦੀ ਪਾਣ ਲੱਗੀ ਹੋਈ ਹੁੰਦੀ ਹੈ। ਤੇ 6ਵਾਂ ਤੀਰ ਸਿਸ਼ੋਬਾ, ਆਜ਼ਾਦਾਰੋ ਮੇ ਕੋ ਜ਼ਿਕਰ ਦੀ ਕਸਮ ਹੈ, ਜਿਤਨਾ ਹੀ ਬਹਾਦਰ ਹੋਵੇ ਆ ਨਾ, ਇਹ ਤੀਰ ਖੜ ਕੇ ਨਹੀਂ ਚਲਾ ਸਕਦਾ। ਇੱਕ ਗੋਡੀ ਲਾਉਣੀ ਪਾਉਂਦੀ ਆਈ, ਮੈਂ ਕੋ ਮਿੰਬਰ ਦੀ ਕਸਮ ਹੈ, ਕੁੱਤੇ ਤੀਰ ਚਾਏ, ਤੀਰ ਕਮਾਣ ਚ ਰੱਖੇ, ਮਾਂ ਖੈਮਾਂ ਦੇ ਦਰ ਤੋਂ ਡਿਹਦੀ ਖੜੀ ਆਈ।
ਹਕਲ ਮਾਰ ਗਿਆ ਦੀ ਮੈਂ ਲਾਲ ਮੈਂ ਪਹਿਲੀ ਮਾਂ ਜਿਹਦੇ ਜਹੇਜ਼ ਚ ਪਿਓ ਤੀਰ ਕਮਾਣ ਰਖਾਈ ਸਦਕੇ ਸਦਕੇ ਮੈਂ ਲਾਲ ਜੈ ਰੰਗੀ ਚ ਤੀਰ ਪਿਆ ਮਰਿੰਦਾ ਤੈਨੂੰ ਨਹੀਂ ਲੱਗਣਾ ਮੇਰੇ ਹੁਸੈਨ ਕੋ ਲੱਗ ਵੰਜਣਾ ਈ ਓ ਮੈਂ ਲਾਲ ਗੱਲ ਉੱਚਾ ਰੱਖ ਮਾਂ ਦੀ ਗੱਲ ਮੰਨੀ ਇਸ ਗੱਲ ਉੱਚਾ ਕੀਤਾ ਸੀ ਤੀਰ ਮਾਰੇ ਤੀਰ ਝੜ ਵੀ ਹੈ ਤੀਰ ਜ਼ਮੀਨ ਤੇ ਢਹਿ ਪਏ ਦੂਜੀ ਦਫਾ ਮਾਰੇ ਤੀਰ ਢਹਿ ਪਈਏ ਇਬਨੇ ਜ਼ਿਆਦ ਦਾ ਅਹਿਮ ਸੀ ਪਈਏ ਚੈਦਾ ਨਾ ਸੱਚਾ ਇਬਨੇ ਕਹਿ ਜ਼ਿਆਦੇ ਜ਼ਾਲਿਮ ਬਾਲ ਕੋ ਨਹੀਂ ਮਾਰ ਸਕਦਾ ਆਦੇ ਬਗੈਰ ਦੋ ਮੈਂ ਕੋ ਮਾਸੂਮਾਂ ਨਾਲ ਲੜਾਇਆ ਵੇ ਰੱਬ ਜਾਣੇ ਮਾਏ ਰੱਬ ਜਾਣੇ ਭੇੜੇ ਆਦੀ ਹਯਾ ਕਰ ਆਪਣਾ ਤੀਰ ਰੇ ਘਮੈਡਾ ਸਗੀਰ ਰੇ ਮਰਹਬਾ ਮਰਹਬਾ ਮਿੰਬਰ ਗਵਾਏ ਮੈਂ ਕੋਈ ਜ਼ਿਕਰ ਦੀ ਕਸਮੇ ਬੇਗੈਰਤ ਤੀਰ ਮਾਰੇ ਤੀਰ ਅਸਗਰ ਦੇ ਗਾਲੇ ਚ ਲਗਾਏ ਮੈਂ ਕੋ ਪਾਕ ਜ਼ਿਕਰ ਦੀ ਕਸਮੇ ਹੁਸੈਨ ਮਿੱਟੀ ਤੇ ਜਾਣ ਪੀ ਆਇਆ ਹਕਲ ਮਾਰ ਗਿਆ ਤੇ ਮੈਂ ਲਾਲ ਪੀ ਤੇ ਨਾਨੇ ਦੀ ਉਮਤ ਪਾਣੀ ਰੋ ਗਿਆ ਤੇ ਬਾਬਾ ਤੇ ਹੱਥ ਬਚ ਪੀ ਆਏ ਲਾਨਤੁਲਾਹ।